ਗੁੱਡ ਮਾਰਨਿੰਗ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਜਾ ਰਹੇ ਹਾਂ ਤਰਲਣ ਸਾਹਿਬ, ਨਗਰ ਕੀਰਤਨ ਸੀ ਉੱਥੇ, ਅਤੇ ਲੈ ਕੇ ਜਾਵਾਂਗੇ ਅੱਜ ਆਪਣਾ ਟਰੈਕਟਰ ਜੀ। ਹਾਂਜੀ, ਕਿੱਦਾਂ ਜੀ? ਤਲਨ ਸਾਹਿਬ ਅਤੇ ਤਲਨ ਸਾਹਿਬ ਜਾ ਕੇ ਆਪਾਂ ਪਾਵਾਂਗੇ ਟੈਂਕਰ। ਉਹਦੀ ਪਹਿਲਾਂ ਟੈਂਕਰ ਪਾਵਾਂਗੇ, ਕਿਉਂਕਿ ਹੋਰ ਨਾ ਕੋਈ ਪਾ ਲਵੇ। ਟੈਂਕਰ ਨੂੰ ਪਾ ਕੇ ਅਤੇ ਕਰਦੇ ਸੈਟਿੰਗ ਸਾਰੀ। ਤਲਨ ਸਾਹਿਬ ਜੀ ਦਾ ਗੁਰਦੁਆਰਾ ਜੀ, ਕਰੋ ਦਰਸ਼ਨ ਸਾਰੇ ਜਾਣੇ। ਪਾਣੀ ਭਰ ਲਈਏ ਹੁਣ ਇਹਦੇ ਵਿੱਚ। ਹੋਰ ਬਾਈ, ਇੱਕ ਐਂਟਰੀ ਇੱਧਰ ਦੀ ਵੀ ਹੈ ਜੀ। ਸਾਹਮਣੇ ਨਿਆਣਿਆਂ ਦੀਆਂ ਖਿਲੌਣਿਆਂ ਦੀਆਂ ਦੁਕਾਨਾਂ, ਆਹ ਵੀ ਸਜਾ ਹੋ ਗਈ ਜੀ। ਲੱਗਾ ਛੋਟਾ ਟੈਂਕਰ ਭਰਨਾ। ਆਪਾਂ ਵੇਟ ਆ ਕਰਦੇ ਪਏ ਹਾਂ।
ਗਏ ਤਿਆਰ ਤੇ ਹੁਣ ਲੋ ਜੀ ਹਾਥੀ ਵੀ ਆਇਆ ਹੋਇਆ। ਹੈਲੋ ਹਾਥੀ ਦੇ ਨਜ਼ਾਰੇ ਵਾਲੇ ਬਾਬਾ ਜੀ ਬੈਠੇ ਆ, ਮੂਹਰੇ ਮੂਹਰੇ ਜਾਊਗੇ ਫਿਰ ਨਜ਼ਾਰਾ ਵਜਾਊਗੇ। ਬਾਂਦਾ ਬਾਂਦਾ ਕੱਟੇ ਚੜੇ ਮਨ ਤੇ ਚੱਲੀ ਆਰੇ ਤਾਰ ਸਿੱਖੀ ਕਲਗੀ ਅੰਮ੍ਰਿਤ ਦੇ ਨੈਣਾ ਵਿੱਚ ਜਦੋਂ ਮਾਰੇ ਲਾਲੀ ਚੜ ਗਈ ਪੰਜਾਂ ਪਿਆਰਿਆਂ ਤੇ ਮਖਮਲੀ ਚਰਮ ਵਿੱਚ ਦੁਸਮਈਆਈ ਸੌਂਗਿਆ ਡੰਡੇ ਨਹੀਂ ਜਿੰਨੇ ਸ਼ਕਤੀ ਮੰਨੀ ਰਾਤ ਗੁਰਾ ਦੇ ਸਕਦੇ ਪਾਣੀ ਪੜਦਾ ਕਰਦਾ ਭਗਤੀ ਤੇ ਦਸਵੰਦ ਦਾਰ ਦਾ ਤਾਜਾ ਪੰਛ ਨਿਆਰਾ ਕਲਗੀਆਂ ਵਾਲੇ ਨੇ ਇਹਨਾਂ ਨੇ ਕਰੇ ਵੀ ਹਾਰ ਦਾ ਨਗਰ ਕੀਰਤਨ ਬਈ ਹਾਂਜੀ ਇੱਧਰ ਕੈਮਰਾ ਸੈਟਅਪ ਹੋ ਗਿਆ ਜੀ। Yeah.
ਬਾਜੀ ਆ ਬੰਦੋ ਦੀ ਜਾਨ, ਤਲਕੀ ਵਾਲੇ ਨੇ ਖੰਡੇ ਦੀ ਤਾਰ ਉੱਤੋਂ। ਠੀਕ ਹੈ, ਗਰਮ ਹੋ ਗਿਆ, ਚੱਲਦਾ ਚੱਲਦਾ ਸਹੀ। ਸਰਦਾਰ ਸਰਵਰ ਸਿੰਘ 50 ਰੁਪਏ ਦੇ ਕੇ ਗਏ, ਵਾਹਿਗੁਰੂ ਚਾਹੀ ਕਦਾ ਕਰੇ। ਹਾਂ ਖੜਾ ਉੱਪਰ ਬੈਟਰੀ ਬਹੁਤ ਲੋ ਆ, ਮੈਨੂੰ ਲੱਗਦਾ ਬਲੌਗ ਇੱਥੇ ਤੱਕ ਹੀ ਬਣਨਾ ਅੱਜ। ਚਲੋ ਬਾਕੀ ਦੇਖਦੇ ਜਿੱਥੇ ਤੱਕ ਬਣਦਾ ਉੱਥੇ ਤੱਕ ਪਾਵਾਂਗੇ। ਮੱਛਰ ਆ ਵਿਆ ਘੋੜਾ ਇਹ ਰੱਖ ਸੀ ਨੇ। ਦੇਖੋ ਜੀ, ਸਕੂਲ ਦੇ ਬੱਚੇ ਲੱਗੇ ਹੋਏ ਰੱਬ ਦਾ ਨਾਂ ਲੈਣ। ਕਿੰਨਾ ਸੋਹਣਾ ਲੱਗਦਾ ਜੀ, ਰੱਬ ਦਾ ਨਾਂ ਲੈਂਦੇ ਨਿਆਣੇ। ਇੱਦਾਂ ਦੀ ਸ਼ਿਕਸ਼ਾ ਹੋਣੀ ਚਾਹੀਦੀ ਆ ਜੀ।
ਰੈਸਟ ਥੋੜੀ ਜਿਹੀ। ਲੰਗਰ ਖਾਣ ਲਈ ਰੁਕੇ ਹਾਂ, ਹੁਣ ਲੰਗਰ ਖਾਧਾ, ਬਾਕੀ ਸੰਗਤ ਲੱਗੀ ਆ ਖਾਣ, ਅਤੇ ਬਾਕੀ ਬੈਠ ਕੇ ਨਜ਼ਾਰੇ ਲੈਣ ਦਾ ਜੀ। Yeah.